ਮੈਨੂੰ ਪਤਾ ਨੀ ਲੱਗਿਆ, ਮੈਂ ਪਿੱਛੇ ਆਣ ਡਈ ਸੀ, ਮੈਂ ਬੱਸ ਵੀ ਨੀ ਦੇਖੀ, ਉਹ ਮਗਰੋਂ ਆਣ ਡਈ ਸੀ ਉਦੋਂ ਬੱਸ ਦੇ, ਉਹ ਕਹਿੰਦੇ ਵੀ ਤੁਰੇ ਮੁਰੇ ਮੁਰੇ ਤੁਰੇ ਤੇ ਬੱਸ ਗਈ ਹੈ, ਉਹਦੇ ਥੱਲੇ ਉਹ ਸਾਰੀ ਵੱਡੀ ਬੁੱਢੀ ਪਈ ਮਰੀ ਪਈ ਸੀ ਥੱਲੇ, ਮੈਂ ਬੱਸ ਤੋਂ ਲੰਘੀ, ਬੱਸ ਉੱਪਰ ਦੀ ਨੰਗੀ ਹੈ ਜੀ, ਬੱਸ ਇੱਕ ਬੰਨੇ ਤੇ ਨੰਗੀ ਹੈ, ਇੱਕ ਬੰਨਾ ਸਾਰਾ ਪਾਟਾ ਪਿਆ ਸੀ ਉਹਦਾ ਜਿਹੜਾ ਇਹਨਾਂ ਦਾ। ਹਾਂਜੀ ਕੀ ਸਾਹਿਬ, ਕਿੰਨੇ ਵਜੇ ਤੇ ਹੋਇਆ ਕੰਮ ਤੇ ਕਿੰਨੇ ਸਾਲ ਦੀ ਕੁੜੀ ਹੈ, ਕੀ ਹੈ ਸਾਰਾ ਮਾਮਲਾ? ਪਹਿਲਾਂ ਤਾਂ ਸਾਰੇ ਜਿਹੜੇ ਆਪਣੇ ਵਿਊਅਰਸ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੈਂ ਸੰਦੀਪ ਸਿੰਘ ਘਈ, ਭਾਰਤੀ ਜਨਤਾ ਪਾਰਟੀ ਵਾਰਡ 29 ਦਾ ਇੰਚਾਰਜ ਹਾਂ, ਔਰ ਇਹ ਮੇਰੀ ਵਾਰਡ ਦੇ ਵਿੱਚ ਹੀ ਪੈਂਦਾ ਵਾ ਜਿਹੜਾ ਇਹ ਵਾਕਿਆ ਹੋਇਆ ਵਾ। ਸਵੇਰੇ ਤਕਰੀਬਨ ਕੋਈ 4:30-5 ਦਾ ਸਮਾਂ ਸੀ, ਇਹ ਆਪਣੇ ਗੁਜਰਾਤੀ ਬਸਤੀ ਏਕਤਾ ਨਗਰ ਦੇ ਵਿੱਚੋਂ ਇੱਕ ਤਕਰੀਬਨ 13-14 ਸਾਲ ਦੀ ਕੁੜੀ ਆਪਣੀ ਮਾਂ ਦੇ ਨਾਲ ਜਿਹੜਾ ਵਾ ਉਹ ਲੋਹਿਆ ਲਾਇਆ ਚੁਗਣ ਉਹ ਇੱਥੇ ਆਈ ਹੈ, ਅਤੇ ਸਵੇਰ ਦੇ ਵਾਕਿਆ ਦੇ ਅਨੁਸਾਰ ਜਿਹੜਾ ਵਾ ਤਕਰੀਬਨ 4:30-5 ਵਜੇ ਜਿਹੜਾ ਵਾ ਉਹ ਇੱਕ ਬੱਸ ਜਿਹਨੇ ਉਹਨੂੰ ਹਿੱਟ ਕੀਤਾ ਅਤੇ ਉਹ ਨਿਕਲ ਗਈ ਅਤੇ ਕੁੜੀ ਦੀ ਜਿਹੜੀ ਆ ਉਹ ਡੈਥ ਹੋ ਗਈ। ਪਰ ਇਹ ਬੜੀ ਹੀ ਅਸੀਂ ਸਮਝਦੇ ਹਾਂ ਕਿ ਮੰਦਭਾਗੀ ਗੱਲ ਹੈਗੀ ਹੈ, ਅਤੇ ਜਿਹੜੀ ਉਹ ਡੈਥ ਹੋਈ ਹੈ ਅਸੀਂ ਜਿਹੜਾ ਵਾ ਉਹਦੇ ਲਈ ਰਿਪੋਰਟ ਲਿਖਾਈ ਹੈ ਇਸ ਟਾਈਮ ਬੱਸ ਸਟੈਂਡ ਚੌਂਕੀ ਦੇ ਵਿੱਚ, ਅਤੇ ਉਹਨਾਂ ਨੇ ਜਿਹੜਾ ਵਾ ਪਹਿਲੀ ਜਿਹੜੀ ਕਾਰਵਾਈ ਉਹ ਕਰ ਦਿੱਤੀ ਹੈ ਕਿ FIR ਲੌਜ ਕਰ ਦਿੱਤੀ ਹੈ, ਬਟ ਉਹ ਅਣਪਛਾਤਿਆਂ 'ਤੇ ਹੈ। ਅਸੀਂ ਜਿਹੜਾ ਵਾ ਉਹ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਪਏ ਹਾਂ ਕਿ CCTV ਖੰਗਾਲੋ, ਕਿਉਂਕਿ ਹਰ ਚੌਂਕ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਇਹਨੂੰ ਸ਼ਹਿਰ ਨੂੰ ਇੱਕ ਸਮਾਰਟ ਸਿਟੀ ਦਾ ਦਰਜਾ ਦਿੱਤਾ ਵਾ, ਘਰ ਘਰ ਆਪਾਂ ਕਹਿ ਸਕਦੇ ਹਰ ਚੌਂਕ ਦੇ ਵਿੱਚ ਇੱਥੇ CCTV ਕੈਮਰਾਜ਼ ਜਿਹੜੇ ਆ ਉਹ ਲਗਾਏ ਗਏ ਆ, ਜਿਹਦੇ ਨਾਲ ਕ੍ਰਾਈਮ ਨੂੰ ਕੰਟਰੋਲ ਕੀਤਾ ਜਾ ਸਕੇ, ਅਤੇ ਐਡੀ ਵੱਡੀ ਵਾਰਦਾਤ ਹੋਈ ਹੈ। ਹੁਣ ਇੱਥੇ ਇਹ ਚੀਜ਼ ਦੇਖਣ ਵਾਲੀ ਹੈ ਕਿ ਕਿੰਨਾ ਕੁ ਜਿਹੜਾ ਇਹਨਾਂ ਨੇ ਆਪਣਾ ਕੰਮ ਕੀਤਾ ਵਾ ਔਰ ਕਿੰਨਾ ਕੁ ਵਾਕਿਆ ਹੀ ਅਸਲ ਦੇ ਵਿੱਚ ਉਹ ਹੋ ਰਿਹਾ ਵਾ। CCTV ਕੈਮਰਾਜ਼ ਇਹਨਾਂ ਦੇ ਚੱਲਦੇ ਨਹੀਂ ਚੱਲਦੇ ਉੱਥੇ ਲੱਗਾ ਹੋਇਆ ਵਾ, ਅਸੀਂ ਇਹਨਾਂ ਨੂੰ ਇਹੀ ਗੁਜ਼ਾਰਿਸ਼ ਕੀਤੀ ਹੈ ਕਿ ਇਹਨੂੰ ਵੇਖੋ ਔਰ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਵਾ ਉਹ ਰੁਕਣ ਦੀ ਬਜਾਏ, ਫਸਟ ਏਡ ਦੇਣ ਦੀ ਬਜਾਏ ਉਹਨੇ ਦੌੜਨ ਦਾ ਕੰਮ ਕੀਤਾ, ਅਤੇ ਉਸ ਬੰਦੇ ਦੇ ਉੱਤੇ ਜਿਹੜਾ ਵਾ ਉਹ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜੇ ਨਹੀਂ ਤੁਹਾਡੀ ਮੰਗਾਂ ਪੂਰੀਆਂ ਹੁੰਦੀਆਂ ਤਾਂ ਕੀ ਕਰੋ? ਫਿਰ ਇਸ ਤਰ੍ਹਾਂ ਵਾ ਕਿ ਜੀ ਜੋ ਪਰਿਵਾਰ ਦਾ ਫੈਸਲਾ ਵਾ, ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਵਾ ਲਾਸ਼ ਦਾ ਸੰਸਕਾਰ ਨਹੀਂ ਕਰਨਾ, ਸਾਡਾ ਤੇ ਬੱਚਾ ਜਿਹੜਾ ਵਾ ਚਲਾ ਗਿਆ। ਹੁਣ ਜਿਹੜਾ ਵਾ ਪਰਿਵਾਰ ਵੱਲੋਂ ਇਹ ਮੈਸੇਜ ਹੈਗਾ ਵਾ ਮੇਰੇ ਥਰੂ ਕਿ ਅਸੀਂ ਜਿਹੜਾ ਵਾ ਉਹ ਧਰਨਾ ਲਾਉਣ ਲਈ ਫਿਰ ਮਜਬੂਰ ਹਾਂ, ਜੇ ਇਹਦੇ ਉੱਤੇ ਪੁਲਿਸ ਕਾਰਵਾਈ ਨਹੀਂ ਕਰਦੀ। ਇਨਸਾਫ ਚਾਹੀਦਾ ਵਾ, ਸਾਨੂੰ ਇਨਸਾਫ ਚਾਹੀਦਾ ਸਰਕਾਰ। ਇੱਕ ਮਿੰਟ ਇੱਧਰ ਵੇਖਿਓ ਯਾਰ, ਤੂੰ ਰੁਕ ਜਾ ਇੱਕ ਮਿੰਟ ਯਾਰ। FIR ਦਰਜ ਕੀਤੀ ਗਈ ਹੈ ਜਿਹੜੀ ਕੁੜੀ ਆ ਗਈ ਬੱਸ ਥੱਲੇ, ਕੀ ਹੈ ਸਾਰਾ ਮਾਮਲਾ ਜੀ? ਹਾਂਜੀ ਸਰ, ਇਹ ਤੜਕੇ ਦੀ ਗੱਲ ਹੈ, ਕੋਈ 5:30 ਇੰਸੀਡੈਂਟ ਦੇ ਉੱਪਰ ਕਿ 108 ਵਾਲੇ ਲੈ ਕੇ ਗਏ ਉਹਨੂੰ ਸਿਵਲ ਹੋਸਪਿਟਲ ਜੀ, ਉੱਥੇ ਲੜਕੀ ਡਾਕਟਰ ਦੱਸਿਆ ਵੀ ਬਰੋਡ ਡੈਡ, ਅਤੇ ਉਹਦੇ ਸੰਬੰਧੀ ਜੀ FIR ਲੌਂਚ ਕਰ ਦਿੱਤੀ ਹੈ ਜੀ, ਅਤੇ ਬਾਕੀ ਇਹਦੀ ਤਫਤੀਸ਼ ਜਾਰੀ ਹੈ, ਬਾਕੀ ਸਾਰੀ ਤਫਤੀਸ਼ ਕਰਕੇ ਦੇਖਾਂਗੇ ਕਿਸ ਵਹੀਕਲ ਨਾਲ ਉਹਦਾ ਐਕਸੀਡੈਂਟ ਹੋਇਆ ਵਾ, ਅਤੇ ਉਹ ਚੈੱਕ ਕਰਾਂਗੇ ਸਵੇਰੇ। ਕੈਮਰੇ ਸੰਘਾਲੇ ਜਾ ਰਹੇ? ਹਾਂਜੀ ਹਾਂਜੀ, ਸਵੇਰੇ ਸ਼ੁਰੂ ਕਰਾਂਗੇ ਸਾਰੀ, ਅੱਜ ਉਹਦੀ ਬਾਕੀ ਕਾਰਵਾਈ ਕਰਕੇ ਅਤੇ FIR ਲੌਂਚ ਕਰਤੀ ਹੈ। ਮਿਹਨਤ ਮੇਰੀ ਰਹਿਮਤ ਖੁਦਾ ਦੀ, ਮੁਸਲਮਾਨੀ ਰੂਹਾਨੀ ਅਤੇ ਗੱਲ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ, 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਤੀ ਪਤਨੀ ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਵਿਦੇਸ਼ ਚ ਪੱਕਾ ਹੋਣਾ, ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ, ਲਾਟਰੀ ਨੰਬਰ ਪਾਓ 649 ਹੋਵੇ ਚਾਹ ਲੋਟੋ ਮੈਕਸ, ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਗੁਰੂ ਰਹਿਮਤ ਜੀ 98 721 68 593।